ਸਿੱਖ ਤੇ ਭਲਾ ਹੀ ਲੋਚਦਾ ਹਮੇਸ਼ਾ ਹੀ, ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ। ਕਾਰਨ ਕੀ ਆ ਕਿ ਇਹ ਲੋਕ ਭੜਕਾਟ ਪੈਦਾ ਕਰਕੇ ਇੱਕ ਸੁਰਖੀਆਂ 'ਚ ਆਉਣਾ, ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਤੰਗ ਕਰਨਾ, ਕਿਉਂਕਿ 10 ਤੋਂ 15-15, 20 ਮੈਂਬਰ ਨਾਲ ਲੈ ਕੇ ਚੱਲਣਾ। ਉਸ ਤੋਂ ਬਾਅਦ ਦੇ ਵਿੱਚ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਸੰਦੀਪ ਸਿੰਘ ਵਰਗਾ ਨੌਜਵਾਨ ਆਉਂਦਾ ਤੇ ਸੁਧੀਰ ਸੂਰੀ ਨੂੰ ਕਤਲ ਕਰ ਜਾਂਦਾ। ਮੈਂ ਤਾਂ ਕਹਿੰਦਾ ਇਹਦੇ ਲਈ ਸਾਰਾ ਸਰਕਾਰੀ ਸਿਸਟਮ ਜ਼ਿੰਮੇਵਾਰ ਆ, ਇਸ ਸਾਰੇ ਘਟਨਾਕ੍ਰਮ ਲਈ ਸਰਕਾਰੀ ਸਿਸਟਮ ਜ਼ਿੰਮੇਵਾਰ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਨਾ ਇਹਨਾਂ ਲੋਕਾਂ ਨੂੰ ਸਿਕਿਉਰਟੀਆਂ ਦਿੰਦੇ, ਨਾ ਇਹ ਜਿਹੜੇ ਆ ਬੱਬਰ ਸ਼ੇਰ ਬਣ ਕੇ ਸਿਰਾਂ ਸਿੱਖਾਂ ਦੇ ਵਿਰੁੱਧ ਇਹ ਗਿੱਦੜ ਫਿਰ ਜਦੋਂ ਸਿਕਿਉਰਟੀਆਂ ਲੈ ਜਾਂਦੇ ਆਪਣੇ ਆਪ ਨੂੰ ਫਿਰ ਸ਼ੇਰ ਸਮਝਣ ਲੱਗ ਪੈਂਦੇ ਆ ਤੇ ਫਿਰ ਉਹ ਸਿੱਖਾਂ ਵਿਰੁੱਧ ਬਕਵਾਸ ਕਰਦੇ ਆ। ਇਹ ਗੱਲ ਖਾਲਸਾ ਜਰ ਨਹੀਂ ਸਕਦਾ, ਨਾ ਉਹਨੇ ਕਦੇ ਇਤਿਹਾਸ 'ਚ ਜਰੀ ਆ, ਨਾ ਗਾਂ ਕਿਸੇ ਖਾਲਸੇ ਨੇ ਜਰਨੀ ਆ। ਸੋ ਮੇਰਾ ਕਹਿਣ ਤੋਂ ਭਾਵ ਆ ਸਾਰਾ ਇਹ ਸਿਸਟਮ ਸਰਕਾਰੀ ਜਿਹੜਾ ਸਿਸਟਮ ਉਹ ਜ਼ਿੰਮੇਵਾਰ ਆ। ਇਹਨਾਂ ਲੋਕਾਂ ਨੂੰ ਕਾਹਦੇ ਲਈ ਸਿਕਿਉਰਟੀਆਂ ਦਿੰਦੇ ਆ? ਹਿੰਦੁਸਤਾਨ ਲਈ ਇਹਨਾਂ ਕੀ ਕੀਤਾ, ਪੰਜਾਬ ਲਈ ਇਹਨਾਂ ਕੀ ਕੀਤਾ ਵਾ, ਸਮਾਜ ਲਈ ਇਹਨਾਂ ਦੀ ਦੇਣ ਕੀ ਹੈਗੀ ਆ, ਕਿਸ ਬੇਸ 'ਤੇ ਇਹਨਾਂ ਨੂੰ ਜਿਹੜੀਆਂ ਨੇ ਸਿਕਿਉਰਟੀਆਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ। ਸੋ ਜਿਨ੍ਹਾਂ ਲੋਕਾਂ ਦਾ ਹਿੰਦੂ ਸਿੱਖਾਂ 'ਚ ਪਾੜਾ ਪਾ ਰਹੇ ਆ, ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੇ, ਜਿਨ੍ਹਾਂ ਲੋਕਾਂ ਨੇ ਸਿਕਿਉਰਟੀਆਂ ਸਰਕਾਰ ਨੇ ਦਿੱਤੀਆਂ ਤੇ ਜਿਨ੍ਹਾਂ ਨੇ ਲਈਆਂ ਨੇ, ਤੇ ਫਿਰ ਪੰਜਾਬ ਦੀ ਅਮਨ ਸ਼ਾਂਤੀ ਕਿਵੇਂ ਜਿਹੜੀ ਆ ਕਾਇਮ ਕਰੋਗੇ? ਕਿ ਇਹ ਜਿਹੜੇ ਕੁਝ ਤੱਤਵ ਹੈਗੇ ਇਹੋ ਜਿਹੇ ਉਹ ਸ਼ਰਾਰਤੀ ਅਨਸਰ ਹੁੰਦੇ ਆ, ਉਹਨਾਂ ਦੀਆਂ ਸਿਕਿਉਰਟੀਆਂ ਵਾਪਸ ਹੋਣ, ਕਿਉਂਕਿ ਡਰ ਤੇ ਕੋਈ ਨਹੀਂ ਹੈਗਾ। ਪੰਜਾਬ 'ਚ ਤੁਸੀਂ ਵੀ ਖੁੱਲ੍ਹੇ ਘੁੰਮ ਰਹੇ ਹੋ, ਇਹ ਵੀ ਵੀਰ ਸੋਲੇ ਘੁੰਮ ਰਹੇ, ਸਾਰੇ ਆਪਾਂ ਆਮ ਘੁੰਮ ਰਹੇ ਆ, ਇਹਨਾਂ ਨੂੰ ਕਾਹਦਾ ਡਰ ਪੰਜਾਬ? ਨਹੀਂ, ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਵਾਂ ਕਿ ਸਰਕਾਰ ਨੇ ਜਿਨ੍ਹਾਂ ਲੋਕਾਂ ਨੂੰ ਸਿੱਖਾਂ ਵਿਰੁੱਧ ਜੇ ਉਹ ਬਕਵਾਸ ਕਰਦੇ ਆ, ਭੜਕਾੜ ਪੈਦਾ ਕਰਦੇ ਆ, ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਨੇ, ਹਿੰਦੂ ਸਿੱਖ ਏਕਤਾ ਲਈ ਖਤਰਾ ਨੇ, ਉਹਨਾਂ ਸਾਰਿਆਂ ਲੋਕਾਂ ਦੀ ਸਿਕਿਉਰਿਟੀ ਜਿਹੜੀ ਆ ਤੁਰੰਤ ਵਾਪਸ ਹੋਣੀ ਚਾਹੀਦੀ ਆ। ਕਿਉਂਕਿ ਤਾਂ ਹੀ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਆ ਕਾਇਮ ਜਿਹੜੀ ਆ ਰਹਿ ਸਕਦੀ ਆ। ਸਾਡੇ ਕੋਲ ਕਿਸੇ ਕੋਲ ਸਿਕਿਉਰਿਟੀ ਨਹੀਂ, ਅਸੀਂ ਕੋਈ ਮਾੜੀ ਗੱਲ ਹੀ ਨਹੀਂ ਕਰਦੇ। ਇੱਕ ਮਿੰਟ ਮੇਰੀ ਗੱਲ ਸੁਣੋ, ਪਰ ਜਦੋਂ ਇਹ ਮਾੜੀਆਂ ਗੱਲਾਂ ਕਰਦੇ ਨੇ ਉਹ ਅੱਗੋਂ ਬਰਦਾਸ਼ਤ ਨਹੀਂ ਖਾਲਸਾ ਪੰਥ ਕਰ ਸਕਦਾ। ਇਸੇ ਕਰਕੇ ਹੀ ਮੁੜ ਕੇ ਜਿਹੜੀ ਆ ਕੜਵਾਹਟ ਪੈਦਾ ਹੁੰਦੀ ਆ। ਇਹ ਮੈਂ ਪਹਿਲਾਂ ਹੀ ਇਹ ਗੱਲ ਕੀਤੀ ਆ, ਜੇ ਸਿਕਿਉਰਿਟੀ ਉਹਨੂੰ ਨਾ ਦਿੱਤੀ ਹੁੰਦੀ ਸੂਰੀ ਦਾ ਕਦੇ ਕਤਲ ਨਹੀਂ ਹੋਣਾ, ਉਹਨੇ ਸਿੱਖਾਂ ਦੇ ਵਿਰੁੱਧ ਕਦੇ ਬਕਵਾਸ ਨਹੀਂ ਕਰਨੀ, ਕਦੇ ਉਹਨੇ ਬੋਲਣਾ ਨਹੀਂ ਸੀ, ਫਿਰ ਭਾਈ ਸੰਦੀਪ ਸਿੰਘ ਨੂੰ ਇਹ ਕੰਮ ਨਹੀਂ ਸੀ ਕਰਨਾ ਪੈਣਾ। ਅੱਜ ਪੁਲਿਸ ਰਿਮਾਂਡ ਤੇ ਭਾਈ ਸੰਦੀਪ ਸਿੰਘ ਨਹੀਂ ਸੀ ਹੋਣਾ, ਜਦੋਂ ਸੂਰੀ ਦਾ ਕਤਲ ਹੀ ਨਹੀਂ ਸੀ ਹੋਣਾ। ਫਿਰ ਚੋਰ ਦੀ ਜਿਹੜੀ ਮਾਂ ਆ ਉਹ ਸਾਰਾ ਸਰਕਾਰੀ ਸਿਸਟਮ ਆ ਤੇ ਸਰਕਾਰ ਆ ਜਿਹੜੀ ਇਹਨਾਂ ਗਲਤ ਲੋਕਾਂ ਨੂੰ ਸਿਕਿਉਰਟੀਆਂ ਦਿੰਦੀ। 7 ਸਾਲ ਹੋ ਗਏ ਗੁਰੂ ਸਾਹਿਬ ਦੇ ਬੇਅਦਬੀਆਂ ਨੂੰ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਸੁਖਰਾਜ ਸਿੰਘ ਨਿਆਮੀਵਾਲ ਉੱਥੇ ਬੈਠਾ ਵਾ, ਬਰਗਾੜੀ 'ਚ ਮੋਰਚਾ ਲੱਗਾ ਰਿਹਾ। ਅੱਜ ਇੱਕ ਕਤਲ ਹੋ ਜਾਂਦਾ, ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ, ਸਾਡੇ CM ਸਾਹਿਬ ਵੀ ਵੱਡੀਆਂ ਮੀਟਿੰਗਾਂ ਕਰ ਰਹੇ ਆ। ਕੀ ਲੱਗਦਾ ਇਹ ਘਟਨਾਕ੍ਰਮ ਇਹ ਜਿਹੜਾ ਵਾਪਰ ਰਿਹਾ ਇਹੋ ਦੋਰੇ ਮਾਪਦੰਡ ਆ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਹਰ ਥਾਂ ਕਹਿਤਾ ਜਾਂਦਾ ਵਾ ਇਹ ਮੈਂਟਲ ਸੀ, ਇਹ ਪਾਗਲ ਸੀ, ਇਹਦਾ ਸਿਰ ਫਿਰਿਆ ਸੀ, ਹੈਂ ਇਹ ਪਾਗਲ ਆ, ਤੇ ਉਹਨੂੰ ਇੱਕ ਪਾਗਲਪਨ ਕਹਿ ਕੇ ਜਿਹੜਾ ਵਾ ਉਹਨੂੰ ਚੋਰ ਦਰਵਾਜ਼ੇ ਰਾਹੀਂ ਇਹਨੂੰ ਬਾਹਰ ਕਰਤਾ ਜਾਂਦਾ ਵਾ। ਤੇ ਇਸ ਦੇ ਉਲਟ ਜੇ ਕੋਈ ਸਿੱਖ ਇਨਸਾਫ ਲਈ ਬੇਇਨਸਾਫੀ ਦੇ ਵਿਰੁੱਧ ਝੰਡਾ ਚੁੱਕਦਾ ਉਹਨੇ 302 ਦਾ ਮੁਕੱਦਮਾ ਦਰਜ ਹੋ ਜਾਂਦਾ। ਪਰ ਕੌਣ ਲੋਕ ਜ਼ਿੰਮੇਵਾਰ ਹੈ? ਜਿਵੇਂ ਪਹਿਲਾਂ ਕਿਹਾ ਸਰਕਾਰ ਜ਼ਿੰਮੇਵਾਰ ਹੈ। ਸਾਡੇ ਭਰਾ ਸਿੱਖ ਨੌਜਵਾਨ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਆ, ਉਹਨਾਂ ਲਈ ਜੇਲ੍ਹ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ, ਉਹਨਾਂ ਨੇ ਸਜ਼ਾਵਾਂ ਵੀ ਭੁਗਤ ਚੁੱਕੇ ਆ, ਪਰ ਜੇਲ੍ਹਾਂ ਦੇ ਦਰਵਾਜ਼ੇ 5-5, 7-7 ਜਿੰਦਰੇ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਅੰਦਰਲੀ ਜੇਲ੍ਹਾਂ 'ਚ ਉਹਨਾਂ ਨੂੰ ਜਿਹੜਾ ਵਾ ਬੰਦ ਕੀਤਾ। ਤੇ ਜਿਹੜਾ ਇੱਕ ਬਲਾਤਕਾਰੀ ਸਾਧ ਆ ਗੁਰਮੀਤ ਰਾਮ ਰਹੀਮ, ਉਹਨੂੰ 3 ਵਾਰੀ ਸਾਲ ਦੇ ਵਿੱਚ ਪੈਰੋਲ ਦਿੱਤੀ ਜਾਂਦੀ ਆ। ਇਹ ਸਮਾਜ ਨੂੰ, ਸਾਡੀਆਂ ਧੀਆਂ ਭੈਣਾਂ ਨੂੰ, ਸਿੱਖ ਕੌਮ ਨੂੰ ਚੈਲੰਜ ਨਹੀਂ ਹੈ? ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਜ਼ਿੰਮੇਵਾਰ ਹੈ।